ਮੈਂ ਕਿਹਾ ਹੁਣ ਬਹੁਤ ਹੋ ਗਿਆ ਮਜ਼ਾਕ ਸੀਰੀਅਸਲੀ ਕੀ ਹੋ ਗਿਆ ਵੀਰੇ ਕੀ ਹੋ ਗਿਆ ਮਤਲਬ ਹੁਣ ਆਪਾਂ ਨਾ ਐਕਟਿੰਗ ਕਰਨੀ ਆ ਸਹੀ ਸਹੀ ਤੇ ਸੀਰੀਅਸਲੀ ਕਰਨੀ ਆ ਸਾਰੀ ਐਕਟਿੰਗ ਗੱਲ ਤਾਂ ਤੇਰੀ ਜਮਾ ਠੀਕ ਆ ਚੱਲ ਫਿਰ ਇੱਕ ਕੰਮ ਕਰਦੇ ਹਾਂ ਹੁਣ ਇਸ ਵਾਰ ਮੈਂ ਡਾਇਰੈਕਟਰ ਬਣਨਾ ਤੇ ਤੈਨੂੰ ਇੱਕ ਰੋਲ ਦੇਣਾ ਠੀਕ ਆ ਠੀਕ ਆ ਤੂੰ ਨਾ BA ਵਿੱਚ ਪੜ੍ਹਦਾ ਆਹਾ ਤੇ ਤੀਜੀ ਵਾਰ ਫੇਲ ਹੋ ਗਿਆ ਅੱਛਾ ਹਾਂ ਤੇ ਇੱਧਰ ਖੜਾ ਤੇਰਾ ਡੈਡੀ ਆ ਡੈਡੀ ਠੀਕ ਆ ਅੱਛਾ ਡੈਡੀ ਹਾਂ ਜੀ ਤੇ ਤੂੰ ਆਪਣੇ ਡੈਡੀ ਨੂੰ ਜਾ ਕੇ ਇਹ ਦੱਸਣਾ ਕਿ ਮੈਂ BA ਵਿੱਚ ਤੀਜੀ ਵਾਰ ਫੇਲ ਹੋ ਗਿਆ ਮਤਲਬ ਕਿ ਮੈਨੂੰ ਦੱਸਣਾ ਤੇਰਾ ਡੈਡੀ ਹਾਂ ਦੱਸ ਕਿਵੇਂ ਦੱਸੇਗਾ ਬਹੁਤ ਸੌਖਾ ਹੈ ਤਾਂ ਮੇਰਾ ਨਾਮ ਅਕਸਰ ਹੀ ਹੁੰਦਾ ਹੈ ਚਲਾ ਫਿਰ ਕਰੀਏ ਫਿਰ ਕੈਰੈਕਟਰ ਆ ਜਾ ਆ ਜਾ ਜੈਡ ਜੀ ਹੈ ਪੂਰੇ ਪੂਰੀ ਫੀਲ ਨਾਲ ਕਰਨਾ ਤੇਰਾ ਡੈਡੀ ਪੁੱਤਰ ਤੇ ਤੂੰ ਮੇਰਾ ਬਾਪੂ ਹੈ ਓਏ ਤੂੰ ਕੀ ਹੁੰਦਾ ਓਏ ਇੱਜ਼ਤ ਰਵਲਾ ਤੁਸੀਂ ਤੂੰ ਜੀ ਹੈ ਆਲੇ ਤੂੰ ਜੀ ਤੇ ਡੈਡੀ ਜੀ ਮਤਲਬ ਡੈਡੀ ਜੀ ਮੇਰੀ ਐਂਕਰਿੰਗ ਇਸ ਵੇਲੇ ਇਹ ਕਹਿ ਰਹੀ ਹੈ ਕਿ ਬ੍ਰੇਕ ਦਾ ਵੇਲਾ ਹੋ ਗਿਆ ਹਾਂ ਹਾਂ ਹਾਂ